ਕੈਨੇਡਾ ਵਿੱਚ ਇਲੈਕਟ੍ਰੋਨਿਕ ਕਚਰੇ ਵਿੱਚ 20 ਵਰਿਆਂ ਦੌਰਾਨ 3 ਗੁਣਾ ਤੋਂ ਵੀ ਵੱਧ ਵਾਧਾ ਦਰਜ ਯੂਨੀਵਰਸਿਟੀ ਆਫ ਵਾਟਲੂ ਵੱਲੋਂ ਕੀਤਾ ਗਿਆ ਧਿਆਨ ਇੱਕ ਸਟੱਡੀ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਕੈਨੇਡਾ ਵਿੱਚ ਲੰਘੇ ਦੋ ਦਹਾਕਿਆਂ ਦੌਰਾਨ ਇਲੈਕਟ੍ਰੋਨਿਕ ਕਚਰੇ ਤੇ 3 ਗੁਣਾ ਤੋਂ ਵੀ ਵੱਧਾ ਵਾਧਾ ਦਰਜ ਕੀਤਾ ਗਿਆ ਹੈ ਇਲੈਕਟ੍ਰੋਨਿਕ ਕਚਰੇ ਵਿੱਚ ਹੋਰ ਵਾਧੇ ਦੀ ਸੰਭਾਵਨਾ ਉਦੇ ਮੱਦੇਨਜ਼ਰ ਖੋਜਕਰਤਾਵਾਂ ਨੇ ਵਾਤਾਵਰਣ ਦੇ ਨੁਕਸਾਨ ਨੂੰ ਘਟਾਉਣ ਲਈ ਹੋਰ ਬਿਹਤਰ ਪ੍ਰਬੰਧਨ ਦੀ ਅਪੀਲ ਕੀਤੀ ਹੈ ਵਾਟਰਲੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਇਹ ਸਟੱਡੀ ਕੀਤੀ ਗਈ ਹੈ ਤੇ ਇਸ ਨੂੰ ਜਰਨਲ ਆਫ ਹੈਜ਼ਰਡਸ ਮਟੀਰੀਅਲਸ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਅਧਿਐਨ ਵਿੱਚ 1971 ਵਿੱਚ ਦੀ ਈ ਕਚਰੇ ਦੀ ਅੰਕੜਿਆਂ ਨੂੰ ਬਚਾਇਆ ਗਿਆ ਹੈ ਜਾਂ ਦੱਸਣ ਯੋਗ ਹੈ ਕਿ ਇਲੈਕਟ੍ਰੋਨਿਕ ਕਚਰੇ ਵਿੱਚ ਕੰਪਿਊਟਰ, ਟੈਲੀਵਿਜ਼ਨ, ਸੈੱਲਫੋਨ, ਇਲੈਕਟ੍ਰੋਨਿਕ ਖਿਡੌਣੇ ਅਤੇ ਵੱਡੇ ਘਰੇਲੂ ਉਪਕਰਨ ਜਿਵੇਂ ਕਿ ਫਰਿੱਜ ਜਾਂ ਵਾਸ਼ਿੰਗ ਮਸ਼ੀਨਾਂ ਸਮੇਤ ਰੱਦ ਕੀਤੇ ਇਲੈਕਟ੍ਰੋਨਿਕ ਉਤਪਾਦ ਸ਼ਾਮਲ ਹੁੰਦੇ ਹਨ। ਖੋਜ ਦਰਸਾਉਂਦੀ ਹੈ ਕਿ ਪ੍ਰਤੀ ਵਿਅਕਤੀ ਈ-ਕੂੜਾਤਪਾਦਨ 2000 ਵਿੱਚ 8.3 ਕਿਲੋਗ੍ਰਾਮ ਨੂੰ ਵਧ ਕੇ 2020 ਵਿੱਚ 25.3 ਕਿਲੋਗ੍ਰਾਮ ਹੋ ਗਿਆ ਹੈ। ਕੈਨੇਡੀਅਨਸ ਨੇ 2020 ਵਿੱਚ ਲਗਭਗ 10 ਲੱਖ ਟਨ ਈ-ਕੂੜਾ ਪੈਦਾ ਕੀਤਾ ਹੈ ਅਤੇ 2030 ਤੱਕ ਸਾਲਾਨਾ 1.2 ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। ਵਾਟਲੂ ਦੇ ਸਕੂਲ ਆਫ এনवायरमेंट ਐਂਟਰਪ੍ਰਾਈਜ਼ਸ ਐਂਡ ਡਿਵੈਲਪਮੈਂਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪ੍ਰਮੁੱਖ ਖੋਜਕਰਤਾ ਕੋਮਲ ਹਬੀਬ ਨੇ ਕਿਹਾ ਕਿ ਇਲੈਕਟ੍ਰੋਨਿਕ ਖਪਤ ਦੀ ਵਧ ਰਹੀ ਦਰ ਦਾ ਕਾਰਨ ਤਕਨੀਕੀ ਵਿਕਾਸ ਦੀ ਵਧ ਰਹੀ ਰਫ਼ਤਾਰ ਉਪਕਰਨਾਂ ਦੀ ਛੋਟੀ ਉਮਰ ਅਤੇ ਖਪਤਕਾਰਾਂ ਦੀਆਂ ਆਤਾਂ ਨੂੰ ਮੰਨਿਆ ਜਾ ਸਕਦਾ ਹੈ। ਹਬੀਬ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਪਭੋਗਤਾ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਆਪਣੇ ਤਕਨੀਕੀ ਸੈਟਅਪ ਅਤੇ ਨਵੀਨਤਮ ਉਪਲਬਧ ਤਕਨਾਲੋਜੀ ਵਿੱਚ ਅਪਗ੍ਰੇਡ ਕਰਦੇ ਹਾਂ ਇਹ ਵੀ ਪਾਇਆ ਗਿਆ ਹੈ ਕਿ ਈ ਕਚਰੇ ਦਾ ਅਨੁਮਾਨਿਤ ਵਾਧਾ ਕੈਨੇਡਾ ਦੀ ਵਧਦੀ ਆਬਾਦੀ ਨੂੰ ਦਰਸਾਉਂਦਾ ਹੈ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਈ ਕਚਰੇ ਦੇ ਅਕੂਸ਼ਨ ਪ੍ਰਬੰਧਨ ਨਾਲ ਵਾਤਾਵਰਣ ਵਿੱਚ ਜ਼ਹਿਰੀਲੇ ਪਦਾਰਥ ਛੱਡੇ ਜਾ ਸਕਦੇ ਹਨ ਜਿਸ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ﺣబీਬ ਨੇ ਕਿਹਾ ਹੈ ਕਿ ਕੈਨੇਡਾ ਦਾ ਰੀਸਾਈਕਲਿੰਗ ਬੁਨਿਆਦੀ ਢਾਂਚਾ ਇਲੈਕਟ੍ਰੋਨਿਕਸ ਵਿਕਾਸ ਦੇ ਅਨੁਸਾਰ ਵਿਕਸਿਤ ਨਹੀਂ ਹੋਇਆ ਹੈ। ﺣబీਬ ਨੇ ਕਿਹਾ ਹੈ ਕਿ ਸਰਕਾਰਾਂ ਰੀਸਾਈਕਲ ਕਰਨ ਵਾਲਿਆਂ ਨੂੰ ਕੂੜੇ ਨੂੰ ਸੰਭਾਲਣ ਲਈ ਹੋਰ ਉਤਸ਼ਾਹ ਪ੍ਰਦਾਨ ਕਰਕੇ ਵਧ ਰਹੀ ਈ-ਕਚਰੇ ਨੂੰ ਹੱਲ ਕਰ ਸਕਦੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਉਤਪਾਦ ਡਿਜ਼ਾਈਨਰਾਂ ਨੂੰ ਇਸ ਗੱਲ ਤੇ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਕਿਵੇਂ ਧਾਤਾਂ ਅਤੇ ਖਣਿਜਾਂ ਨੂੰ ਵਿਧੀ ਤੌਰ ਤੇ ਵਿਵਹਾਰਿਕ ਤਰੀਕੇ ਨਾਲ ਡਿਵਾਈਸਾਂ ਤੋਂ ਆਸਾਨੀ ਨਾਲ ਬਰਾਮਦ ਕੀਤਾ ਜਾ ਸਕਦਾ ਹੈ। ﺣబీਬ ਮੁਤਾਬਿਕ ਈ कूੜੇ ਦਾ ਪ੍ਰਬੰਧਨ ਕਰਨਾ ਇੱਕ ਸਾਂਝੀ ਜ਼ਿੰਮੇਵਾਰੀ ਹੈ ਜਿਸ ਵਿੱਚ ਖਪਤਕਾਰ ਵੀ ਇੱਕ ਭੂਮਿਕਾ ਨਿਭਾਉਂਦੇ ਹਨ ﺣబీਬ ਨੇ ਕਿਹਾ ਕਿ ਸਾਨੂੰ ਅਸਲ ਵਿੱਚ ਸਾਡੇ ਉਤਪਾਦ ਨੂੰ ਹਰ ਸਾਲ ਜਾਂ ਹਰ ਦੋ ਸਾਲਾਂ ਵਿੱਚ ਅਪਗ੍ਰੇਡ ਕਰਨ ਦੀ ਲੋੜ ਨਹੀਂ ਹੈ ﺣబీਬ ਨੇ ਕਿਹਾ ਕਿ ਅਸੀਂ ਅਜੋਕੇ ਸਮਾਜ ਵਿੱਚ ਮੁਰੰਮਤ ਨੂੰ ਬਿਲਕੁਲ ਹੀ ਭੁੱਲਦੇ ਗਏ ਹਾਂ ਪਰ ਸਾਨੂੰ ਅਸਲ ਵਿੱਚ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿ ਇਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਸੇ ਉਤਪਾਦ ਨੂੰ ਰੱਦ ਕਰਨ ਤੋਂ ਪਹਿਲਾਂ ਇਸ ਦੀ ਮੁਰਬੱਦ ਕਰਨਾ ਸੰਭਵ ਹੈ